साडे स्कूल का नाम सरकारी सीनियर सैकेंडरी स्कूल तिमोवाल है, हुण असीं स्कूल का नाम बदल के ओलंपियन हरमनप्रीत सिंह सरकारी सीनियर सैकेंडरी स्कूल रख दिता गया है। ये सहमति पत्र हैगा है जिसके उपर उन्होंने फैमिली के जोड़े सिग्नेचर ने करवा ले गए हैं। इस स्कूल के स्टाफ में कितनी खुशी है, असं देखते हैं कि स्टूडेंट बाहर खड़े ने, लाइन लगा के खड़े ने हरमनप्रीत की वेट कर। जी हरमनप्रीत इंटरनेशनल बने, साड़ी भी यह कामना भी साडे स्कूल दे विचो होर भी प्लेयर ने जिहड़े वो अगे बदल। तुहानू किवें लग रहा है अज हरमनप्रीत दे घर पहुँच के स्कूल का नाम बदल जूगा, किन्ना क बच्चों नू इंस्पायर करेगी? जी हरमनप्रीत सिंह जी ने ओलंपिक दे विचो मैडल लिया वा, ये वास्ते सानू इन्नी ज़्यादा खुशी होगी, साडे कोल शब्द नहीं है जिन्हां नाल असीं खुशी नू बयान कर सकीए। ਅੱਜ ਸਾਰਾ ਪਿੰਡ ਸਾਰਾ ਇਲਾਕਾ ਜਿਹੜਾ ਵਾ ਉਹ ਇਮੋਸ਼ਨਲ ਹੋਇਆ ਪਿਆ ਵਾ। ਇੱਕ ਹੋਰ ਬੜੀ ਵੱਡੀ ਖੁਸ਼ਖਬਰੀ ਹੈਗੀ ਆ ਤਿੰਮੂਵਾਲ ਪਿੰਡ ਤੋਂ ਹੀ, ਜਿੱਥੇ ਪਿੰਡ ਦਾ ਸਕੂਲ ਜਿਹੜਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਉਸਦਾ ਨਾਮ ਬਦਲ ਦਿੱਤਾ ਗਿਆ ਹੈ ਔਰ ਸਕੂਲ ਦਾ ਸਟਾਫ ਸਾਡੇ ਨਾਲ ਮੌਜੂਦ ਹੈ ਇੱਥੇ, ਹਰਮਨਪ੍ਰੀਤ ਦੇ ਘਰ ਹੀ ਪਹੁੰਚੇ ਹੋਏ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਤੁਸੀਂ ਅੱਜ ਹਰਮਨਪ੍ਰੀਤ ਦੇ ਘਰ ਆਏ ਹੋ, ਹਰਮਨਪ੍ਰੀਤ ਓਲੰਪਿਕਸ ਦੇ ਵਿੱਚ ਜਿੱਤ ਕੇ ਆਏ ਨੇ ਔਰ ਕੀ ਖਾਸ ਹੈ ਕਿ ਅੱਜ ਤੁਸੀਂ ਜਿਹੜਾ ਲੈ ਕੇ ਆਏ ਹਰਮਨਪ੍ਰੀਤ ਦੇ ਨਾਮ ਦੇ ਉੱਪਰ, ਤੁਸੀਂ ਪਿੰਡ ਦਾ ਜਿਹੜਾ ਸਕੂਲ ਸੀਗਾ ਉਹਦਾ ਨਾਮ ਬਦਲ ਦਿੱਤਾ ਆ ਔਰ ਉਹਨਾਂ ਦੇ ਫੈਮਿਲੀ ਵੱਲੋਂ ਤੁਸੀਂ ਸਿਗਨੇਚਰ ਵਗੈਰਾ ਕਰਵਾ ਲਏ? ਹਾਂਜੀ ਮੈਮ, ਸਾਨੂੰ ਬਹੁਤ ਖੁਸ਼ੀ ਹੈ, ਬਹੁਤ ਮਾਣ ਵਾਲੀ ਗੱਲ ਹੈ ਵੀ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਜਿਹੜਾ ਹੈਗਾ ਵਾ ਮਤਲਬ ਬੱਚਾ ਵਾ ਅਤੇ ਬਹੁਤ ਮਤਲਬ ਅੱਗੇ ਗਿਆ ਵਾ, ਓਲੰਪਿਕ ਖੇਡ ਕੇ ਆਇਆ। ਅਸੀਂ ਕਾਮਨਾ ਕਰਦੇ ਹਾਂ ਕਿ ਇਹ ਸਾਡਾ ਜਿਹੜਾ ਖਿਡਾਰੀ ਹੈ ਸਾਡੇ ਇਲਾਕੇ ਦਾ ਹੋਰ ਵੀ ਤਰੱਕੀਆਂ ਬਖਸ਼ੇ ਅਤੇ ਸਾਡੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੰਮੋਵਾਲ ਹੈ, ਹੁਣ ਅਸੀਂ ਸਕੂਲ ਦਾ ਨਾਮ ਬਦਲ ਕੇ ਓਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖ ਦਿੱਤਾ ਗਿਆ ਹੈਗਾ ਅਤੇ ਹੁਣ ਅਸੀਂ ਉਹਨਾਂ ਦੇ ਪੇਰੈਂਟਸ ਤੋਂ ਅਤੇ ਪੰਚਾਇਤ ਤੋਂ ਸਹਿਮਤੀ ਲਈ ਹੈ ਵੀ ਅਸੀਂ ਮਤਲਬ ਉਹ ਸਹਿਮਤ ਨੇ ਵੀ ਅਸੀਂ ਇਸ ਮਤਲਬ ਸਕੂਲ ਦਾ ਨਾਮ ਬਦਲਣ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ। ਉਹ ਅਸੀਂ ਸਹਿਮਤੀ ਪੱਤਰ ਹੈ ਜਿਹੜਾ ਉਹਨਾਂ ਦੇ ਪੇਰੈਂਟਸ ਤੋਂ ਸਿਗਨੇਚਰ ਕਰਵਾਉਣ ਆਏ ਸੀਗੇ। ਹਾਂਜੀ, ਸਹਿਮਤੀ ਪੱਤਰ ਵੀ ਜ਼ਰੂਰ ਦਿਖਾਇਆ ਜਾਏ। ਹਾਂਜੀ, ਇਹ ਸਹਿਮਤੀ ਪੱਤਰ ਹੈਗਾ ਹੈ ਜਿਸ ਦੇ ਉੱਪਰ ਉਹਨਾਂ ਦੀ ਫੈਮਿਲੀ ਦੇ ਜਿਹੜੇ ਸਿਗਨੇਚਰ ਨੇ ਉਹ ਕਰਵਾ ਲਏ ਗਏ ਨੇ ਔਰ ਇਸ ਪਿੰਡ ਦੇ ਸਕੂਲ ਦਾ ਨਾਮ ਬਦਲ ਚੁੱਕਿਆ ਹੈਗਾ ਆ ਹੁਣ ਤੋਂ, ਕਿਉਂਕਿ ਉਹ ਸਹਿਮਤ ਹੋ ਚੁੱਕੇ ਨੇ ਪਰਿਵਾਰਕ ਮੈਂਬਰ। ਔਰ ਕੀ ਲੱਗਦਾ ਹੈ ਅੱਜ ਕਿੰਨੀ ਕੁ ਖੁਸ਼ੀ ਹੈ ਇਸ ਸਕੂਲ ਦੇ ਸਟਾਫ ਨੂੰ, ਕਿੰਨੀ ਕੁ ਖੁਸ਼ੀ ਹੈ? ਅਸੀਂ ਦੇਖਦੇ ਹਾਂ ਕਿ ਸਟੂਡੈਂਟ ਬਾਹਰ ਖੜ੍ਹੇ ਨੇ, ਲਾਈਨ ਲਗਾ ਕੇ ਖੜ੍ਹੇ ਨੇ ਹਰਮਨਪ੍ਰੀਤ ਦੀ ਵੇਟ ਕਰ। ਹਾਂਜੀ ਮੈਮ, ਅਸੀਂ ਵੀ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ, ਅਸੀਂ ਤਿਆਰੀ ਕੀਤੀ ਹੋਈ ਸੀਗੀ ਅਤੇ ਅਸੀਂ ਪਹਿਲਾਂ ਤਾਂ ਮਤਲਬ ਇੱਧਰ ਪਿੰਡ ਮੋੜ 'ਤੇ ਆਏ ਵੀ ਬੱਚਾ ਉੱਥੇ ਆਊਗਾ, ਫਿਰ ਜਦੋਂ ਪਤਾ ਲੱਗਿਆ ਵੀ ਉਹਨੇ ਬਾਬਾ ਗੁਰਦਿੱਤਾ ਸਾਹਿਬ ਜਾਣਾ ਵਾ, ਫਿਰ ਅਸੀਂ ਸਾਰੇ ਬੱਚਿਆਂ ਨੂੰ ਉੱਥੇ ਸਕੂਲ ਦੇ ਅੱਗੇ ਲਿਆ ਕੇ ਅਤੇ ਹਰਮਨਪ੍ਰੀਤ ਦੇ ਮਤਲਬ ਦਰਸ਼ਨ ਕਰਵਾਏ, ਕਿਉਂਕਿ ਸਾਨੂੰ ਇਹ ਸੀਗਾ ਵੀ ਉਹ ਹਰਮਨਪ੍ਰੀਤ ਤੋਂ ਹੀ ਸਾਡੇ ਬੱਚਿਆਂ ਨੂੰ ਇੰਸਪੀਰੇਸ਼ਨ ਮਿਲਣੀ ਆ ਜੇ। ਹਾਂਜੀ, ਹੁਣ ਆਪਾਂ ਹਾਂਜੀ ਹਰਮਨਪ੍ਰੀਤ ਇੰਟਰਨੈਸ਼ਨਲ ਬਣਿਆ, ਸਾਡੀ ਵੀ ਇਹ ਕਾਮਨਾ ਵੀ ਸਾਡੇ ਸਕੂਲ ਦੇ ਵਿੱਚ ਹੋਰ ਵੀ ਪਲੇਅਰ ਨੇ ਜਿਹੜੇ ਉਹ ਅੱਗੇ ਵਧਣ। ਹੁਣ ਲੱਗਦਾ ਹੈ ਕਿ ਹਰਮਨਪ੍ਰੀਤ ਨੂੰ ਦੇਖ ਕੇ ਜਿਹੜੇ ਬੱਚੇ ਨੇ, ਇੱਕ ਨਾਮ ਵੀ ਬਦਲਿਆ ਗਿਆ, ਇੱਕ ਬੱਚਿਆਂ ਨੂੰ ਵੀ ਕਿਤੇ ਨਾ ਕਿਤੇ ਉਤਸ਼ਾਹ ਜ਼ਰੂਰ ਆਊਗਾ ਕਿ ਹਾਕੀ ਖੇਡੀ। ਹਾਂਜੀ ਹਾਂਜੀ, ਤਾਂ ਹੀ ਕਰਕੇ ਅਸੀਂ ਸਕੂਲ ਦੇ ਅੱਗੇ ਤੁਹਾਨੂੰ ਉਹਨਾਂ ਨੂੰ ਕਿਹਾ ਸੀ ਵੀ ਸਟੇਅ ਕਰੋ ਕਿ ਵਿਦਿਆਰਥੀਆਂ ਨੂੰ ਵੀ ਉਹਦੇ ਤੋਂ ਪੋਜ਼ਿਟਿਵ ਹੈ ਜਿਹੜੀ ਇੰਸਪੀਰੇਸ਼ਨ ਮਿਲੇ, ਤਾਂ ਕਰਕੇ ਹਰਮਨਪ੍ਰੀਤ ਨੂੰ 2 ਮਿੰਟ ਵਾਸਤੇ ਉਹਨਾਂ ਦੇ ਟਾਈਮ ਕਢਵਾਇਆ ਸੀਗਾ। ਸਰ ਤੁਸੀਂ ਵੀ ਸਕੂਲ ਤੋਂ ਹੀ ਸਟਾਫ ਮੈਂਬਰ ਹੋ ਔਰ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਹਰਮਨਪ੍ਰੀਤ ਦੇ ਘਰ ਪਹੁੰਚ ਕੇ ਸਕੂਲ ਦਾ ਨਾਮ ਬਦਲ ਜੂਗਾ, ਕਿੰਨਾ ਕੁ ਬੱਚਿਆਂ ਨੂੰ ਇੰਸਪਾਇਰ ਕਰੇਗੀ ਜੀ? ਹਾਂਜੀ, ਇਹ ਜਿਹੜਾ ਹਰਮਨਪ੍ਰੀਤ ਸਿੰਘ ਜੀ ਨੇ ਓਲੰਪਿਕ ਦੇ ਵਿੱਚੋਂ ਮੈਡਲ ਲਿਆ ਵਾ, ਇਹਦੇ ਵਾਸਤੇ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਸਾਡੇ ਕੋਲ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਅਸੀਂ ਇਹ ਖੁਸ਼ੀ ਨੂੰ ਬਿਆਨ ਕਰ ਸਕੀਏ। ਮਤਲਬ ਅੱਜ ਸਾਰਾ ਪਿੰਡ ਸਾਰਾ ਇਲਾਕਾ ਜਿਹੜਾ ਵਾ ਉਹ ਇਮੋਸ਼ਨਲ ਹੋਇਆ ਪਿਆ ਵਾ, ਬਹੁਤ ਹੀ ਖੁਸ਼ ਨੇ, ਕਿਉਂਕਿ ਸਾਡੇ ਵਾਸਤੇ ਬੜੀ ਬੜੀ ਮਾਣ ਵਾਲੀ ਗੱਲ ਆ ਕਿ ਹਰਮਨਪ੍ਰੀਤ ਸਿੰਘ ਸਾਡੇ ਸਕੂਲ ਦੇ ਵਿਦਿਆਰਥੀ ਵੀ ਰਹੇ ਆ ਔਰ ਮੈਮ ਹੁਣ ਜਿਹੜੇ ਨੇ ਹਾਕੀ ਦੇ ਪਲੇਅਰ ਖੁਦ ਨੇ, ਇਹ ਵੀ ਹਾਕੀ ਦੇ ਪਲੇਅਰ ਨੇ ਔਰ ਹਰਮਨ ਸਿੰਘ ਦੇ ਬਹੁਤ ਵੱਡੇ ਫੈਨ ਨੇ, ਅਸੀਂ ਸਾਰੇ ਹਰਮਨਪ੍ਰੀਤ ਸਿੰਘ ਦੇ ਫੈਨ ਹਾਂ ਔਰ ਸਾਨੂੰ ਪੂਰੀ ਆਸ ਆ ਕਿ ਸਾਡੇ ਇਲਾਕੇ ਵਿੱਚ ਹੋਰ ਵੀ ਓਲੰਪੀਅਨ ਬਣਨਗੇ। ਹਰਮਨਪ੍ਰੀਤ ਸਿੰਘ ਨੂੰ ਮੋਟੀਵੇਸ਼ਨ ਲੈਂਦਿਆਂ ਹੋਇਆਂ, ਉਹਨਾਂ ਦੇ ਕੋਲੋਂ ਇੰਸਪੀਰੇਸ਼ਨ ਲੈਂਦਿਆਂ ਹੋਇਆਂ ਜਿਹੜੇ ਸਾਡੇ ਪਲੇਅਰ ਨੇ ਉਹ ਹਾਕੀ ਖੇਡਣਗੇ ਔਰ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਇਲਾਕੇ ਦਾ ਉਹ ਵੀ ਨਾਮ ਰੋਸ਼ਨ ਕਰਨਗੇ। ਮੈਮ, ਜਿਵੇਂ ਸਰ ਨੇ ਦੱਸਿਆ ਕਿ ਤੁਸੀਂ ਹਾਕੀ ਦੇ ਪਲੇਅਰ ਹੋ, ਹੁਣ ਤੁਸੀਂ ਕਿੰਨੇ ਕੁ ਪਲੇਅਰ ਅੱਗੇ ਖੜ੍ਹੇ ਕਰ ਦਿਓਗੇ ਵੀ ਇਸ ਪਿੰਡ ਦਾ ਨਾਮ ਇੰਨਾ ਕੁ ਦੁਨੀਆ ਦੇ ਵਿੱਚ ਛਾ ਜੂਗਾ, ਜਿਵੇਂ ਇੱਕ ਹੋਰ ਪਿੰਡ ਵੀ ਹੈਗਾ ਆ ਜਲੰਧਰ ਇਲਾਕੇ ਦਾ, ਉਸ ਪਿੰਡ ਦਾ ਨਾਮ ਛਾਇਆ ਹੋਇਆ? ਹਾਂਜੀ ਹਾਂਜੀ ਮੈਮ, ਸਾਡੀ ਕੋਸ਼ਿਸ਼ ਪੂਰੀ ਰਹੂਗੀ ਵੀ ਅਸੀਂ ਹਰਮਨਪ੍ਰੀਤ ਤੋਂ ਹੀ ਬੱਚੇ ਪ੍ਰੇਰਨਾ ਲੈ ਕੇ ਬਹੁਤ ਅੱਗੇ ਵਧਣ, ਜਿਸ ਤਰ੍ਹਾਂ ਹਰਮਨਪ੍ਰੀਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰੀਆਂ ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਸਾਡੇ ਪਿੰਡ ਦੇ ਬੱਚੇ ਅਤੇ ਸਾਡੇ ਸਕੂਲ ਦੇ ਬੱਚੇ ਹੋਰ ਅੱਗੇ ਵਧਣ। ਹਾਂਜੀ, ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਕੂਲ ਦਾ ਨਾਮ ਜਿਹੜਾ ਹੈ ਹਰਮਨਪ੍ਰੀਤ ਦੇ ਨਾਮ ਦੇ ਉੱਪਰ ਤਿੰਮੋਵਾਲ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਹੈ ਔਰ ਸਾਰਾ ਇਲਾਕਾ ਵੀ ਖੁਸ਼ ਹੈ ਔਰ ਕਿਤੇ ਨਾ ਕਿਤੇ ਭਾਵੁਕ ਵੀ ਨੇ ਔਰ ਆਉਣ ਵਾਲੀ ਜਿਹੜੀ ਆ ਜਨਰੇਸ਼ਨ ਨੇ ਹੈ ਉਹ ਇਸ ਓਲੰਪੀਅਨ ਨੂੰ ਓਲੰਪਿਕ ਨੂੰ ਜ਼ਰੂਰ ਯਾਦ ਰੱਖਣਗੀਆਂ, ਕਿਉਂਕਿ ਇਸ ਦੌਰਾਨ ਇਸ ਪਿੰਡ ਦੇ ਨੌਜਵਾਨ ਨੇ ਐਡੀ ਵੱਡੀਆਂ ਜਿਹੜੀਆਂ ਮੱਲਾਂ ਸੀਗੀਆਂ ਉਹ ਮਾਰੀਆਂ। ਤੁਸੀਂ ਦੇਖ ਰਹੇ ਹੋ KTVU ਕੈਮਰਾਮੈਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।